A very good morning to all of you. Today we are continuing with our South Asia and contemporary world, and under this topic we will start with the third topic, monarchy and democracy in Nepal. Nepal is one of the neighboring state of India. It is having a Hindu kingdom in the past, and there was constitutional monarchy in the modern period for many years. Monarchy da matlab hunda hai rule of one person. Throughout this period, Nepal has the common people of Nepal, they wanted more open and responsive system of the government. Lokan di hamesha hi mang rahi hai ki ek open system banaya jave, the responsible system banaya jave. But with the help of army, the king has retained full control over the government and restricted the expansion of democracy in Nepal. ਸ਼ੁਰੂ ਵਿੱਚ ਇਹਦੇ ਵਿੱਚ ਕਿੰਗ ਦਾ ਪੂਰਾ ਪੂਰਾ ਕੰਟਰੋਲ ਸੀ ਇਸਨੇ ਡੈਮੋਕ੍ਰੇਸੀ ਦੇ ਐਕਸਪੈਂਸ਼ਨ ਨੂੰ ਵੀ ਬਹੁਤ ਹੱਦ ਤੱਕ ਦਬਾ ਕੇ ਰੱਖਿਆ ਅਤੇ ਗਵਰਨਮੈਂਟ ਦੇ ਉੱਤੇ ਪੂਰਾ ਪੂਰਾ ਕੰਟਰੋਲ ਹੋਣ ਦੇ ਕਰਕੇ ਕਿੰਗ ਦਾ ਹੀ ਬੋਲਬਾਲਾ ਸੀ ਇਹਦੇ ਇਸ ਨੇਪਾਲ ਦੇ ਹਿਸਟਰੀ ਦੇ ਵਿੱਚ ਵੀ ਮਸਟ ਹੈਵ ਥਰੀ ਡੇਟਸ ਇਨ ਵੀ ਮਸਟ ਕੀਪ ਥਰੀ ਡੇਟਸ ਇਨ ਅਵਰ mind. The first is 1990, the second one is 2002, and the third one is 2006. Jadon inni demand democracy di hoi, the king ne accept kar ditta that a new democratic constitution will be made in 1990 in the wake of pro-democracy movement. Kyunki lokan di kafi zyada demand si, the king nu usde agge chukna paya. However, democratic government ਦਾ ਬਹੁਤ ਹੀ ਛੋਟਾ ਜਿਹਾ ਕਰੀਅਰ ਰਿਹਾ ਨੇਪਾਲ ਦੀ ਹਿਸਟਰੀ ਦੇ ਵਿੱਚ 1990s ਦੇ ਵਿੱਚ ਮਾਓਇਸਟ ਉਹ ਲੋਕ ਹੁੰਦੇ ਨੇ ਜਿਹੜੇ ਕਿ ਆਰਮਡ ਇਨਸਰੈਕਸ਼ਨ ਦੇ ਵਿੱਚ ਬਿਲੀਵ ਕਰਦੇ ਨੇ ਐਂਡ ਦੇ ਆਰ ਅਗੇਂਸਟ ਦਾ ਮੋਨਾਰਕੀ ਆਨ ਦਾ ਰੂਲਿੰਗ ਅਲਾਈਟ ਦੇ ਉਹ ਅਗੇਂਸਟ ਹੁੰਦੇ ਨੇ ਜਿਹੜੀ ਰੂਲਿੰਗ ਪਾਰਟੀ ਹੈ ਮੋਨਾਰਕੀ ਕਿੰਗ ਵਗੈਰਾ ਜਿਹੜੇ ਕਿ ਆਲਰੇਡੀ ਹਿੰਦੂ ਕਿੰਗਡਮ ਦਾ ਬੋਲਬਾਲਾ ਸੀ ਉਹਨਾਂ ਦਾ ਕੰਟਰੋਲ ਸੀ ਗਵਰਨਮੈਂਟ ਦੇ ਉੱਤੇ ਉਹ ਉਹਨਾਂ ਦੇ ਬਿਲਕੁਲ ਹੀ ਅਗੇਂਸਟ ਹੁੰਦੇ ਨੇ ਐਂਡ ਦੇਅਰ ਵਾਜ਼ ਸੋ ਦੈਟ ਇਜ਼ ਵਾਈ ਇਟ ਹੈਜ਼ ਲੈਡ ਟੂ ਦਾ ਵਾਇਲੈਂਟ ਕਨਫਲਿਕਟ ਬਿਟਵੀਨ ਦਾ ਮਾਓਇਸਟ ਗੁਰੀਲਾਸ ਐਂਡ ਦਾ ਆਰਮਡ ਫੋਰਸਿਸ ਆਫ ਕਿੰਗ ਇੱਕ ਤਰਫ ਮਾਓਇਸਟ ਗੁਰੀਲਾਸ ਸੀ ਦੂਸਰੀ ਤਰਫ ਆਰਮਡ ਫੋਰਸਿਸ ਸੀ ਤਾਂ ਨੇਪਾਲ ਦੇ ਵਿੱਚ ਇੱਕ ਟ੍ਰਾਇਐਂਗੂਲਰ ਕਨਫਲਿਕਟ ਸਾਹਮਣੇ ਆਉਂਦਾ ਹੈ ਇੱਕ ਪਾਸੇ ਮੋਨਾਰਕਿਸਟ ਫੋਰਸਿਸ ਸੀ ਦੂਸਰੇ ਪਾਸੇ ਮਾਓਇਸਟ ਸੀ ਔਰ ਤੀਸਰੇ ਪਾਸੇ ਡੈਮੋਕ੍ਰੇਸੀ ਨੂੰ ਸਪੋਰਟ ਕਰਨ ਵਾਲੇ ਲੋਕ ਸੀ ਸੋ ਇੱਕ ਭਰਾ ਦੂਜੇ ਭਰਾ ਗਿਆਨੇਂਦਰ ਦੂਸਰੇ ਬ੍ਰਦਰ ਨੂੰ ਮਾਰ ਦਿੰਦਾ ਹੈ ਇਨ 2002 ਦ ਕਿੰਗ ਅਬੋਲਿਸ਼ ਦ ਪਾਰਲੀਮੈਂਟ ਐਂਡ ਡਿਸਮਿਸਡ ਦ ਗਵਰਨਮੈਂਟ ਅਗੇਨ ਗਵਰਨਮੈਂਟ ਨੂੰ ਡਿਸਮਿਸ ਕਰਕੇ ਪਾਰਲੀਮੈਂਟ ਨੂੰ ਅਬੋਲਿਸ਼ ਕਰ ਦਿੱਤਾ ਜਾਂਦਾ ਹੈ ਅਤੇ ਜਿਹੜਾ ਲਿਮਿਟਡ ਪੀਰੀਅਡ ਦੇ ਲਈ ਡੈਮੋਕ੍ਰੇਸੀ ਨੇਪਾਲ ਦੇ ਵਿੱਚ ਐਗਜ਼ਿਸਟ ਕਰਦੀ ਹੈ ਉਹਦਾ ਫਿਰ ਤੋਂ ਫਿਰ ਐਗਜ਼ਿਸਟੈਂਸ ਖਤਮ ਹੀ ਹੋ ਜਾਂਦਾ ਹੈ ਨੇਪਾਲ ਦੇ ਵਿੱਚ ਲੇਕਿਨ ਅਪ੍ਰੈਲ 2006 ਦੇ ਵਿੱਚ ਜਿਹੜੇ ਡੈਮੋਕ੍ਰੇਸੀ ਦੇ ਪ੍ਰੋਟੈਸਟ ਸੀ ਕਾਫੀ ਜ਼ੋਰ ਫੜ ਲੈਂਦੀਆਂ ਨੇ ਪੂਰੀ ਦੀ ਪੂਰੀ ਕੰਟਰੀ ਦੇ ਵਿੱਚ ਪ੍ਰੋ ਡੈਮੋਕ੍ਰੇਸੀ ਪ੍ਰੋਟੈਸਟ ਸਟਾਰਟ ਹੋ ਜਾਂਦੀਆਂ ਨੇ ਐਂਡ ਦਿਸ ਸਟਰਗਲਿੰਗ ਪ੍ਰੋ ਡੈਮੋਕ੍ਰੇਸੀ ਫੋਰਸਿਸ ਦੇ ਅਚੀਵ ਦੇਅਰ ਫਸਟ ਵਿਕਟਰੀ ਵੈਨ ਦ ਕਿੰਗ ਵਾਜ਼ ਫੋਰਸ ਟੂ ਰੀਸਟੋਰ ਦ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਦੈਟ ਹੈਡ ਬੀਨ ਡਿਸੋਲਵਡ ਇਨ 2002 2002 ਦੇ ਵਿੱਚ ਜਿਹੜਾ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਨੂੰ ਕਿੰਗ ਨੇ ਡਿਸੋਲਵ ਕਰ ਦਿੱਤਾ ਸੀ ਲੋਕਾਂ ਦੀ ਡਿਮਾਂਡ ਦੇ ਕਰਕੇ ਪ੍ਰੋ ਡੈਮੋਕ੍ਰੇਸੀ ਪ੍ਰੋਟੈਸਟ ਦੇ ਕਰਕੇ ਉਹਨਾਂ ਦੀ ਦੁਬਾਰਾ ਐਸਟੈਬਲਿਸ਼ਮੈਂਟ ਹੋ ਜਾਂਦੀ ਹੈ ਅਤੇ ਨੇਪਾਲ ਦੇ ਵਿੱਚ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਨੂੰ ਦੁਬਾਰਾ ਰੀਸਟੋਰ ਕਰ ਦਿੱਤਾ ਜਾਂਦਾ ਹੈ ਅਤੇ ਇਹ ਜਿਹੜੀ ਨੋਨ ਵਾਇਲੈਂਟ ਮੂਵਮੈਂਟ ਸੀ ਦੈਟ ਵਾਜ਼ ਅੰਡਰ ਦਾ ਲੀਡਰਸ਼ਿਪ ਆਫ 7 ਪਾਰਟੀ ਅਲਾਇੰਸ ਦੈਟ ਇਜ਼ ਆਲਸੋ ਨੋਨ ਐਜ਼ SPA ਐਂਡ ਦਾ ਮਾਓਇਸਟ ਐਂਡ ਸੋਸ਼ਲ ਐਕਟਿਵਿਸਟ ਕਈ ਤਰ੍ਹਾਂ ਦੀ ਸੋਸ਼ਲ ਆਰਗਨਾਈਜੇਸ਼ਨਸ ਦੇ ਲੀਡਰਸ਼ਿਪ ਦੇ ਅੰਡਰ ਕਈ 7 ਪਾਰਟੀਜ਼ ਅਲਾਇੰਸ ਦੇ ਅੰਡਰ ਅਤੇ ਨਾਲ ਹੀ ਮਾਓਇਸਟ ਦੇ ਇਨਫਲੂਐਂਸ ਦੇ ਅੰਡਰ ਇੱਕ ਨੋਨ ਵਾਇਲੈਂਟ ਮੂਵਮੈਂਟ ਦੇ ਕਰਕੇ ਡੈਮੋਕ੍ਰੇਸੀ ਦੀ ਦੁਬਾਰਾ ਸਥਾਪਨਾ 2002 ਦੇ ਵਿੱਚ ਹੋ ਜਾਂਦੀ ਹੈ ਲੇਕਿਨ ਨੇਪਾਲ ਦੀ ਟ੍ਰਾਂਜੀਸ਼ਨ ਜਿਹੜੀ ਡੈਮੋਕ੍ਰੇਸੀ ਦੀ ਤਰਫ ਹੈ ਉਹ ਹੁਣ ਤੱਕ ਕੰਪਲੀਟ ਨਹੀਂ ਹੈ ਐਂਡ ਇਟ ਹੈਜ਼ ਗੋਨ ਮੈਨੀ ਮੂਮੈਂਟਸ ਇਨ ਦਾ ਹਿਸਟਰੀ ਬਿਕੋਜ਼ ਇਟ ਹੈਡ ਟੂ ਇਟ ਫੋਰਮ ਅ ਕੌਂਸਟੀਟੂਐਂਟ ਅਸੈਂਬਲੀ ਟੂ ਡਰਾਫਟ ਦਾ ਕੌਂਸਟੀਟਿਊਸ਼ਨ ਆਫ ਨੇਪਾਲ ਨੇਪਾਲ ਦੇ ਕੌਂਸਟੀਟਿਊਸ਼ਨ ਦੇ ਬਣਾਉਣ ਦੇ ਲਈ ਉਹਨਾਂ ਨੇ ਇੱਕ ਕੌਂਸਟੀਟੂਐਂਟ ਅਸੈਂਬਲੀ ਦੀ ਵੀ ਸਥਾਪਨਾ ਕੀਤੀ ਹੈ
दैट विल राइट द कॉन्स्टिट्यूशन फॉर नेपाल. उसका मेन रिस्पॉन्सिबिलिटी, मेन टास्क सी कि वो नेपाल दे ले कॉन्स्टिट्यूशन फ्रेम अप करेगा. लेकिन कुछ सेक्शंस नेपाल दे विच अजे ही हने, वो हले भी यही चाहते ने दैट अ सॉर्ट ऑफ नॉमिनल मोनार्की शुड बी प्रेजेंट इन नेपाल सो दैट दे कैन हैव देयर लिंक विद द पास्ट. पास्ट दे नाल लिंक नू कायम रखने दे ले नेपाल दे लोग, कई लोग अजे ही ने जड़े मानते ने कि मोनार्की दोबारा वापस आनी चाहिए है, बेशक वो नॉमिनल ही होवे. लेकिन जड़ा माओइस्ट ग्रुप है दे हैव एग्रीड टू सस्पेंड देयर आर्म स्ट्रगल. अभी उन्होंने आर्म स्ट्रगल सस्पेंड हो गया है एंड दे वॉन्टेड द कॉन्स्टिट्यूशन टू इंक्लूड सम प्रोग्राम्स ऑफ सोशल एंड इकोनॉमिक रीस्ट्रक्चरिंग. सामाजिक तौर पर इकोनॉमिक तौर पर कुछ प्रोग्राम्स उन्होंने लॉन्च किए ने, तो वो चाहते ने कि ये सारे प्रोग्राम्स कॉन्स्टिट्यूशन दे विच इंक्लूड कर दिते जान. ऑल द पार्टीज इन द सेवन पार्टी अलायंस ये इस प्रोग्राम्स तो सहमत नहीं ने. सो दैट इज़ वाई द माओइस्ट एंड अदर पोलिटिकल ग्रुप्स देवर हैविंग सस्पीशियस टाइप ऑफ आउटलुक टूवर्ड्स द गवर्नमेंट ऑफ इंडिया, इंडिया की गवर्नमेंट के प्रति, तो फ्यूचर दे रोल के प्रति हमेशा ही इस एक तरह के नाल शक के दायरे के इंडिया नू देखता है. ते इन 2008 नेपाल बिकेम अ डेमोक्रेटिक रिपब्लिक आफ्टर अबॉलिशिंग द मोनार्की एंड इन 2015 इट अडॉप्टेड अ न्यू कॉन्स्टिट्यूशन. एक नया कॉन्स्टिट्यूशन 2008 दे विच नेपाल एक डेमोक्रेटिक रिपब्लिक बन जाता है, ते जिथे कि जिदे विच डेमोक्रेसी दी एस्टैबलिशमेंट हुंदी है, ते नाल दे नाल मोनार्की दैट वॉज द रूल ऑफ वन परसन. हिंदू किंगडम जिहड़ा कि पहला तो चलिया आ रहा है उसनों पूरी तरह दे नाल अबॉलिश कर दिता जाता है. तो 2015 दे विच इना दी कॉन्स्टिट्यूशन ड्राफ्टिंग का काम खत्म होके नेपाल हैड अडॉप्टेड अ न्यू कॉन्स्टिट्यूशन. फ्रॉम दिस 6 marks एंड 4 marks क्वेश्चन कैन बी आस्ड एंड इट कैन बी आस्ड इन अ वे दैट हाउ द ट्रांजिशन फ्रॉम मोनार्की टू डेमोक्रेसी took place in Nepal nation. Write a note on it. You have to write down this in this manner. Tino dates properly learn karke likhniyan ne, te end de vich pehla 1990 di jadon king ne democratic demand accept kiti, 2002 de vich jadon parliament nu abolish kita gaya, government dismiss kiti gayi, ते 2006 ਦੇ ਜਿਹੜੇ ਮੈਸਿਵ ਪ੍ਰੋਟੈਸਟ ਸੀ ਉਹਨਾਂ ਕਰਕੇ ਹਾਊਸ ਆਫ ਰਿਪ੍ਰੈਜੈਂਟੇਟਿਵਸ ਨੂੰ ਰੀਸਟੋਰ ਕੀਤਾ ਗਿਆ. ਇਹ ਤਿੰਨੇ ਡੇਟਸ ਮੈਂਸ਼ਨ ਕਰਕੇ ਤੁਸੀਂ ਇਸ ਆਨਸਰ ਨੂੰ ਅਟੈਂਪਟ ਕਰ ਸਕਦੇ ਹੋ. ਐਂਡ ਮੋਰ ਓਵਰ ਯੂ ਹੈਵ ਟੂ ਮੈਂਸ਼ਨ ਦੈਟ ਇਨ 2008 ਦਿਸ ਇਜ਼ ਨੋਟ ਗਿਵਨ ਇਨ ਸਮ ਆਫ ਦਾ ਬੁੱਕਸ, ਸੋ ਯੂ ਆਰ ਰਿਕੁਆਇਰਡ ਟੂ ਕਾਪੀ ਇਟ ਇਨ ਦਾ ਲੇਟੈਸਟ ਬੁੱਕਸ. ਜਿਹੜੀ ਨਵੀਆਂ ਬੁੱਕਸ ਨੇ ਉਹਨਾਂ ਵਿੱਚ ਦਿੱਤਾ ਗਿਆ ਹੋਏਗਾ, ਪੁਰਾਣੀਆਂ ਵਿੱਚ ਨਹੀਂ ਹੈ. In 2008 नेपाल विच डेमोक्रेटिक रिपब्लिक बन गया, तो मोनार्की नू टोटली अबोलिश कर दिता गया. तो 2015 दे विच एक नया कॉन्स्टिट्यूशन नेपाल दे विच अडॉप्ट कर लिया गया. दिस इज ऑल विद नेपाल. दिस कैन कम इन 4 marks एंड 6 marks. दैट्स ऑल. हैव अ सेफ स्टे एट योर हाउसेस एंड हैव अ नाइस स्टे. थैंक यू.